ਇਸ ਵੀਡੀਓ ਵਿੱਚ ਅੱਜ ਆਪਾਂ ਦੇਖਾਂਗੇ ਕੈਨੇਡੀਅਨ ਮਿੰਟ ਵੱਲੋਂ ਜਾਰੀ ਕੀਤਾ ਗਿਆ 1980 ਦਾ ਇਹ ਪ੍ਰੂਫ ਸੈਟ ਜਿਹੜਾ ਕਿ ਮੇਰੀ ਕਲੈਕਸ਼ਨ ਵਿੱਚ ਸ਼ਾਮਲਾ ਤੇ ਇਹ ਇਹਦੀ ਇਹ ਬਾਹਰਲੀ ਜਿਲਤਾ ਬਲੈਕ ਕਲਰ ਦੀ ਬਹੁਤ ਖੂਬਸੂਰਤ ਤੇ ਇਸ ਤਰ੍ਹਾਂ ਇੱਥੇ ਇਹ ਲੋਗੋ ਹੈ ਦਾ ਜਿਹੜਾ ਕਿ ਇੱਕ ਪੱਤਾ ਮੈਪਲੀ ਤੇ ਇੱਥੇ ਇਹ ਓਪਨ ਹੁੰਦਾ ਪਹਿਲਾਂ ਵਾਲੇ ਸੈਟਾਂ ਦੀ ਤਰ੍ਹਾਂ ਤੇ ਆਹ ਰੈੱਡ ਕਲਰ ਬਹੁਤ ਖੂਬਸੂਰਤ ਤੇ ਪਿਆਰਾ ਕਲਰ ਹੈ ਤੇ ਆਹ ਹੈ ਸੱਤੇ ਕੋਇਨ ਜਿਨ੍ਹਾਂ ਵਿੱਚੋਂ 2 1 ਡਾਲਰ ਦੇ ਕੋਇਨ ਨੇ ਤੇ ਉਨੋਂ ਜੇ ਇੱਕ ਸਰਕੂਲੇਟਡ ਕੋਇਨ ਇੱਕ ਅਨਸਰਕੂਲੇਟਡ ਕੋਇਨ ਇੱਕ ਨਿੱਕਲ ਤੇ ਇੱਕ ਚਾਂਦੀ ਆਹ ਅਨਸਰਕੂਲੇਟਡ ਕੋਇਨ ਆਹ ਸਰਕੂਲੇਟਡ ਕੋਇਨ 1 ਡਾਲਰ ਦਾ ਤੇ ਪਹਿਲਾ ਆਪਾਂ ਸਰਕੂਲੇਟਡ ਕੋਇਨ ਦੇਖਦੇ ਆ ਉਹ ਹੈਗਾ ਇਹ ਇਹਦੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੀਂਹ ਪੈ ਰਿਹਾ ਇਹ ਤੇ ਆਹਾ ਪਾਲੂ ਖੜਾ ਕਿਨਾਰੇ ਤੇ ਨਜ਼ੀਰੇ ਜਾਂ ਲੇਕ ਦੇ ਕਿਨਾਰੇ ਤੇ ਮਗਰ ਪਹਾੜ ਬਣੇ ਹੋਏ ਨੇ ਇੱਥੇ ਕੋਈ ਅਮੱਛੀਆਂ ਨੇ ਨਿੱਕੇ ਨਿੱਕੇ ਮੱਛੀਆਂ ਕਾੜਨ ਵਾਸਤੇ ਬਹੁਤ ਖੂਬਸੂਰਤ ਪਿਕਚਰ ਆ ਇਹ ਜਿਹੜੀ ਕਿ 1980 ਦੇ ਇਸ ਚਾਂਦੀ ਦੇ 1 ਡਾਲਰ ਦੇ ਕੋਇਨ ਉੱਤੇ ਲਾਈ ਗਈ ਆ ਬਹੁਤ ਖੂਬਸੂਰਤ ਕੋਇਨ ਤੇ ਆ ਹੈਗਾ ਰੈਗੂਲਰ ਡਾਲਰ ਦਾ ਇੱਕ 1 ਡਾਲਰ ਦਾ ਕੋਇਨ ਤੇ 1987 ਤੱਕ ਇਸ ਤਰ੍ਹਾਂ ਦੇ 1 ਡਾਲਰ ਦੇ ਕੋਇਨ ਹੁੰਦੇ ਸੀਗੇ ਉਸ ਤੋਂ ਬਾਅਦ ਲੂਨੀ ਚੱਲ ਪਈ ਸੀ ਜਿਹਦੇ ਉੱਤੇ ਉਹ ਪਿਕਚਰ ਲੱਗੀ ਹੁੰਦੀਆਂ ਉਹਨਾਂ ਦੀ ਤੇ ਆਹਾ 50 ਸੈਂਟ ਦਾ ਕੋਇਨ ਆ ਇਹ ਵਾਲਾ ਇਹ 25 ਸੈਂਟ ਦਾ ਤੇ 1 ਸੈਂਟ ਦਾ 10 ਸੈਂਟ ਦਾ ਤੇ 5 ਸੈਂਟ ਦਾ ਇੱਕ ਬਹੁਤ ਹੀ ਖੂਬਸੂਰਤ ਸ਼ੈਟ ਕੈਨੇਡੀਅਨ ਰਾਇਲ ਕੈਨੇਡੀਅਨ ਮਿੰਟਲ ਵੱਲੋਂ ਜਾਰੀ ਕੀਤਾ ਗਿਆ ਇਹ ਚੀਜ਼ ਵੀ ਹੁਣ ਜਿਹਨਾਂ ਬਹੁਤ ਖੂਬਸੂਰਤ ਆ ਪਹਿਲਾਂ ਉਹ ਬਹੁਤ ਖਰਾਬ ਹੋ ਜਾਂਦੇ ਸੀ ਪਹਿਲਾਂ ਵਾਲੇ ਸੈਟਾਂ ਵਿੱਚ ਤੇ ਇਹ ਆਉਂਦੀ ਦੂਸਰੀ ਸਾਈਡ ਤੇ ਇਸ ਤਰ੍ਹਾਂ ਦੀ ਆ ਰਾਣੀ ਦੀ ਪਿਕਚਰ ਆ ਇਹ ਤੇ ਲੱਗੀ ਹੋਈ ਪਹਿਲਾਂ ਵਾਲੇ ਕੋਇਨਾ ਦੀ ਤਰ੍ਹਾਂ ਸਾਰੇ ਕੋਨਾਂ ਤੇ ਸੇਮ ਹੀ ਹੈ ਕੋਈ ਫਰਕ ਨਹੀਂ ਇਸੇ ਤਰ੍ਹਾਂ ਇਹ ਸਾਰੇ ਕੋਨਾਂ ਦੇ ਉੱਤੇ ਇੱਕੋ ਹੀ ਫੋਟੋ ਆ ਤੇ ਉਹ ਹੈਗੀ ਆ ਇਸਰਾਨੀ ਜੀ ਜੇ ਤੁਸੀਂ ਇਹ ਦੇਖ ਸਕਦੇ ਹੋ ਤੇ ਇੱਧਰ ਰੈੱਡ ਕਲਰ ਦਾ ਉਹ ਹੀ ਜਿਹੜਾ ਕਿ ਇਹਨਾਂ ਕੋਨਾਂ ਨੂੰ ਸੇਫ ਰੱਖਦਾ ਤੇ ਇਸ ਤਰ੍ਹਾਂ ਇਸ ਤੋਂ ਇਹ ਸੈਟ ਬਹੁਤ ਜ਼ਿਆਦਾ ਖੂਬਸੂਰਤ ਸੈਟ ਹੈ ਤੇ ਹੁਣ ਆਪਾਂ ਦੇਖਦੇ ਹਾਂ ਇਹਦੇ ਸਰਟੀਫਿਕੇਟ ਬਾਰੇ ਜਿਹੜਾ ਕਿ ਇਹ ਆ ਇੰਗਲਿਸ਼ ਤੇ ਫ੍ਰੈਂਚ ਇੰਗਲਿਸ਼ ਵਿੱਚ ਇਹ ਇਹ ਆ ਜਿਹੜਾ ਤੁਸੀਂ ਆਪਣੇ ਆਪ ਰੀਡ ਕਰ ਸਕਦੇ ਹੋ ਇਹਨੂੰ ਪੜ੍ਹ ਸਕਦੇ ਹੋ ਤੇ ਇਧਰਲੀ ਸਾਈਡ ਫ੍ਰੈਂਚ ਵਿੱਚ ਇਹ ਤਾਂ ਤੇ ਇਧਰਲੀ ਦੂਸਰੀ ਸਾਈਡ ਹੈਗੀ ਆ ਇਹ ਹੈ ਸਾਰਨੀ ਜਿਹਦੇ ਵਿੱਚ ਇਹਨਾਂ ਕੋਲ ਇਹਨਾਂ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ ਜਿਸ ਤਰ੍ਹਾਂ ਇਹ 1 ਡਾਲਰ ਬਾਰੇ ਦੋਨੇ ਦੋਨਾ ਇੱਕ ਇੱਕ ਡਾਲਣ ਵਾਲੇ 50 ਸੈਂਟ 25 ਸੈਂਟ 10 ਸੈਂਟ 5 ਸੈਂਟ ਤੇ 1 ਸੈਂਟ ਇਹ ਬੰਜੇ ਤਰ੍ਹਾਂ ਦੀ ਜਾਣਕਾਰੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦੱਸੀ ਗਈ ਹੈ ਤੇ ਆਸ ਕਰਦੇ ਹਾਂ ਤੁਸੀਂ ਅੱਜ ਦੀ ਇਸ ਵੀਡੀਓ ਨੂੰ ਪਸੰਦ ਕਰੋਗੇ ਲਾਈਕ ਕਰੋਗੇ ਦੇਖਦੇ ਰਹੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ Mm-hmm.